ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਗਟ ਸਿੰਘ ਜਾਮਾ ਰਾਏ, ਪ੍ਰੈਸ ਕਤਰ ਜਮਹੂਰੀ ਕਿਸਾਨ ਸਭਾ। ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਤੇ ਖਾਸ ਤੌਰ 'ਤੇ ਜਿਹੜੇ ਮਾਝੇ ਦੇ ਨਾਲ ਸੰਬੰਧਿਤ ਸਾਡੇ ਕਿਸਾਨ ਭਰਾ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਵੇਂ ਪੰਜਾਬ ਦਾ ਪਾਣੀਆਂ ਦਾ ਮੁੱਦਾ ਸਾਡੇ ਲਈ ਬਹੁਤ ਗੰਭੀਰ ਮੁੱਦਾ ਹੈ, ਜਿਸ ਤਰੀਕੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ, ਅਸੀਂ ਆਖਰੀ ਪਰਤਾਂ 'ਤੇ ਪਹੁੰਚ ਗਏ ਹਾਂ ਅਤੇ ਸਾਡੇ ਲਗਭਗ ਬਲੋਕ ਜਿਹੜੇ ਕਾਲੇ ਘੇਰੇ ਦੇ ਵਿੱਚ ਆਉਂਦੇ ਜਾ ਰਹੇ ਆ। ਅਤੇ ਸਾਡੀ ਬੇਨਤੀ ਆ ਕਿ ਅਸੀਂ ਜਮਹੂਰੀ ਕਿਸਾਨ ਸਭਾ ਵੱਲੋਂ ਜਿੱਥੇ 3 ਜੂਨ ਨੂੰ ਸਿੱਧਵਾਂ ਬੇਟ ਦੇ ਵਿੱਚ ਇਕੱਠ ਕਰਕੇ ਪਾਣੀ ਦੀ ਚੇਤਾਵਨੀ ਦਿੱਤੀ ਸੀ ਕਿ ਪਾਣੀ ਜਿਹੜਾ ਗੰਧਲਾ ਪਾਣੀ ਪੈ ਰਿਹਾ ਸਤਲੁਜ ਦਰਿਆ 'ਚ, ਉਹਦੇ ਖਿਲਾਫ ਲੜਾਈ ਲੜਾਂਗੇ। ਉਹਦੇ ਨਾਲ ਅਸੀਂ ਇੱਕ ਕਨਵੈਨਸ਼ਨ ਜਿਹੜੀ ਜਥੇਬੰਦੀਆਂ ਦੀ ਕੀਤੀ ਸੀ, ਅਤੇ ਉਹਦੇ ਤੋਂ ਬਾਅਦ 'ਚ ਜਮਹੂਰੀ ਕਿਸਾਨ ਸਭਾ ਨੇ ਫੈਸਲਾ ਕਰਕੇ ਕਿ 10 ਤਰੀਕ ਨੂੰ ਜਿਹੜਾ ਮਾਝੇ ਦੀ ਮੁੱਖ ਨਹਿਰ ਅਪਰ ਬਾਰੀ ਦੁਆਬ ਨਹਿਰ, ਜਿਸ ਨਹਿਰ ਦਾ ਵਿੱਚੋਂ ਗਾੜੀ 4 ਨਹਿਰਾਂ ਨਿਕਲਦੀਆਂ, ਅੱਜ ਸਮੁੱਚੀਆਂ ਨਹਿਰਾਂ ਦਾ ਪ੍ਰਬੰਧ ਜਿਹੜਾ ਉਹ ਟੁੱਟ ਚੁੱਕਾ, ਅਤੇ ਅਸੀਂ ਜਿਹੜੀ ਸਰਕਾਰ ਹੈ ਸਾਡੀ, ਭਾਵੇਂ ਉਹ ਕਾਂਗਰਸ ਦੀ ਰਹੀ, ਭਾਵੇਂ ਅਕਾਲੀਆਂ ਦੀ ਰਹੀ ਆ, ਜਾਂ ਆਪ ਦੀ ਸਰਕਾਰ ਆ, ਅਸੀਂ ਇਹਨਾਂ ਦੇ ਕਿਰਦਾਰ ਨੂੰ ਨੰਗਿਆ ਕਰ ਲਈ। 10 ਤਰੀਕ ਨੂੰ ਭੀਮਪੁਰ, ਜਿੱਥੋਂ ਸਿਲਟ ਕੱਢਣ ਦੇ ਦਰ ਰੱਖੇ ਗਏ ਸੀ ਇਸ ਨਹਿਰ ਦੇ, ਜੇ ਕਿਤੇ ਕੋਈ ਗਾੜੀ ਗੜਬੜ ਆ ਜੇ ਉੱਥੋਂ ਐਮਰਜੈਂਸੀ ਪਾਣੀ ਛੱਡ ਕੇ ਜਿਹੜਾ ਵਾ ਉਹ ਲੋਕਾਂ ਦੇ ਨੁਕਸਾਨ ਨੂੰ ਬਚਾਉਣ ਲਈ ਰੱਖਿਆ ਗਿਆ ਦਰ ਸੀ, ਅੱਜ ਉਹ ਜਿਹੜਾ ਉਹਦਾ ਪਾਣੀ ਦਾ ਨੂੰ ਕੱਢ ਕੇ ਜੇ ਕਿਸ ਤਰੀਕੇ ਦੇ ਨਾਲ ਬਿਆਸ ਦੇ ਵਿੱਚ ਸੁੱਟਿਆ ਜਾ ਰਿਹਾ। ਇੱਕ ਪਾਸੇ ਸਾਡੇ ਖੇਤਾਂ ਦੇ 8-8 ਕਿਲੋਮੀਟਰ, 6-6 ਕਿਲੋਮੀਟਰ, 5-5 ਕਿਲੋਮੀਟਰ ਸਾਡੇ ਟੇਲ ਐਂਡ ਜਿਹੜੇ ਟੇਲਾਂ ਦੇ ਉੱਤੇ ਪਾਣੀ ਨਹੀਂ ਪਹੁੰਚਦਾ, ਦੂਸਰੇ ਪਾਸੇ ਸਾਡੇ ਖੇਤਾਂ ਦੇ ਵਿੱਚ ਪਾਣੀ ਨਹਿਰੀ ਨਹੀਂ ਜਾ ਰਿਹਾ। ਜਿਹੜੇ ਨਹਿਰਾਂ ਦਾ ਸਿੰਚਾਈ ਸਾਡੀਆਂ ਨਹਿਰਾਂ ਉਸ ਵੇਲੇ ਕਰਦੀਆਂ ਸੀ, ਅੱਜ ਉਹ ਰੋਜ਼ ਦੇ ਰੋਜ਼ ਉਹਦਾ ਰਕਬਾ ਘੱਟ ਰਿਹਾ, ਉਸ ਰਕਬੇ ਨੂੰ ਵਧਾਉਣ ਦੀ ਲੋੜ ਸੀ, ਪਰ ਉਸ ਵੇਲੇ ਸਾਡੀ ਸਰਕਾਰ ਨੇ ਬੜੀ ਮੁਜਰਮਾਨਾ ਕਾਰਵਾਈ ਕਰਦਿਆਂ ਇਹ ਜਿਹੜਾ ਪਾਣੀ ਆ ਸਾਡੀ ਉਸ ਨਹਿਰ ਦਾ ਉਹ ਬਿਆਸ ਦੇ ਦਰਿਆ ਦੇ ਵਿੱਚ ਪਾਇਆ ਜਾ ਰਿਹਾ। ਇੱਕ ਪਾਸੇ ਸਾਡੇ ਖੇਤ 'ਤੇ ਆਏ ਆ, ਦੂਸਰੇ ਪਾਸੇ ਸਾਡੇ ਹਰੀਕੇ ਦੇ ਆ ਕੇ ਡਾਫ ਲੱਗ ਕੇ ਜਦੋਂ ਪਾਣੀ ਦੀ ਰੁਕਾਵਟ ਆਉਂਦੀ ਆ, ਵਾਧੂ ਪਾਣੀ ਬਿਆਸ ਦੇ ਵਿੱਚ ਸੁੱਟਿਆ ਜਾਂਦਾ, ਉਹ ਸਾਡੀਆਂ ਜਿਹੜੀਆਂ ਨਹਿਰਾਂ ਤੋਂ ਵੀ ਵਾਧੂ ਆ ਉਹ ਆ ਕੇ ਫਿਰ ਸਾਡੀਆਂ ਮੰਡ ਖੇਤਰ ਦੀਆਂ ਫਸਲਾਂ ਨੂੰ ਰੋਕਦਾ। ਇਸ ਕਰਕੇ ਸਰਕਾਰ ਦੋ ਪਾਸਿਆਂ ਤੋਂ, ਇੱਕ ਪਾਸੇ ਸਾਰਾ ਨਹਿਰੀ ਪ੍ਰਬੰਧ ਟੁੱਟਾ, ਬੇਅਦਾਬ ਤੋਂ ਲੈ ਕੇ NCNSC ਤੱਕ ਜਿਹੜੀਆਂ ਪੋਸਟਾਂ ਹੌਲੀ ਹੌਲੀ ਖਤਮ ਹੁੰਦੀਆਂ ਗਈਆਂ, ਜਿਹੜਾ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਨਹਿਰੀ ਦਫ਼ਤਰ ਸੀ ਸਾਡਾ, ਉਹਨੂੰ ਵੇਚ ਦਿੱਤਾ ਗਿਆ, ਅਤੇ ਅੱਜ ਨਹਿਰੀ ਪ੍ਰਬੰਧ ਜਿਹੜਾ ਪੂਰੀ ਤਰ੍ਹਾਂ ਟੁੱਟ ਚੁੱਕਾ। ਅਸੀਂ ਉਹਦੇ ਮੁੜ ਉਸਾਰੀ ਦੀ ਮੰਗ, ਜਿਹੜਾ 8360 ਕਿਊਸਕ ਪਾਣੀ ਸਾਡੀ ਅਪਰ ਬਾਰੀ ਦੁਆਬ ਨਹਿਰ ਦਾ ਉਹ ਪੂਰੀ ਮਕਦਾਰ ਵਿੱਚ ਲੈਣ ਦੀ ਮੰਗ, ਅਤੇ ਸਾਰੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦੀ ਮੰਗ, ਅਤੇ ਜਿਹੜਾ ਬਿਨਾਂ ਮੰਗਿਆਂ ਅਜਾਈ ਜਾ ਰਿਹਾ ਸਾਡਾ ਪਾਣੀ ਆ ਉਹਨੂੰ ਰੋਕਣ ਦੀ ਮੰਗ। ਉਹ ਪਾਕਿਸਤਾਨ ਜਾ ਰਿਹਾ, ਉਹ ਇੱਥੋਂ ਪੈ ਕੇ ਰਾਜਸਥਾਨ ਜਾ ਰਿਹਾ, ਸਾਡੇ ਮਾਲਵੇ ਦੇ ਵਿੱਚ ਸੇਬ ਪੈਦਾ ਕਰ ਰਿਹਾ, ਪਰ ਸਾਡੇ ਖੇਤਾਂ ਨੂੰ ਪਾਣੀ ਨਹੀਂ ਮਿਲ ਰਿਹਾ। ਇਸ ਲਈ ਅਸੀਂ ਆਪਣੇ ਹੱਕੀ ਪਾਣੀ ਦੀ ਮੰਗ ਨੂੰ ਲੈ ਕੇ, ਆਪਣੇ ਵਾਤਾਵਰਨ ਨੂੰ ਬਚਾਉਣ ਲਈ, ਆਪਣੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ, ਅਤੇ ਸਰਕਾਰ ਦੀ ਘੋਰ ਕਤਾਈ ਦੇ ਖਿਲਾਫ 10 ਤਰੀਕ ਨੂੰ ਭੀਮਪੁਰ, ਚਾਕੋਲਾੜੀ ਦੇ ਲਾਗੇ, ਪਠਾਨਕੋਟ ਦੇ ਵਿੱਚ ਜਮਹੂਰੀ ਕਿਸਾਨ ਸਭਾ ਵੱਲੋਂ ਵਿਸ਼ਾਲ ਇਕੱਤਰਤਾ ਕੀਤੀ ਜਾਊਗੀ, ਜਿਹਦੇ ਲਈ ਮੈਂ ਸਮੁੱਚੇ ਪੰਜਾਬੀਆਂ ਨੂੰ, ਸਮੁੱਚੇ ਵਾਤਾਵਰਨ ਪ੍ਰੇਮੀਆਂ ਨੂੰ, ਸਮੁੱਚੇ ਪੰਜਾਬ ਦੇ ਪਾਣੀ ਚਿੰਤਾ ਕਰਨ ਵਾਲੇ ਲੋਕਾਂ ਨੂੰ ਅਤੇ ਸਮੁੱਚੀ ਪ੍ਰੈਸ ਨੂੰ, ਸਮੁੱਚੇ ਮੀਡੀਏ ਨੂੰ ਸੱਦਾ ਦੇਣਾ ਚਾਹੁੰਦਾ ਜਮਹੂਰੀ ਕਿਸਾਨ ਸਭਾ ਵੱਲੋਂ ਕਿ 10 ਤਰੀਕ ਨੂੰ ਠੀਕ 11 ਵਜੇ ਭੀਮਪੁਰ ਪਹੁੰਚ ਕੇ ਉੱਥੇ ਸਰਕਾਰ ਵੱਲੋਂ ਜਿਹੜੀ ਭਾਰੀ ਕੁਤਾਈ ਕੀਤੀ ਜਾ ਰਹੀ ਆ, ਸਾਡੇ ਪਾਣੀਆਂ ਨੂੰ ਰੋੜਿਆ ਜਾ ਰਿਹਾ, ਉਹਦੇ ਖਿਲਾਫ ਉੱਥੇ ਇਕੱਠੇ ਹੋ ਕੇ ਆਵਾਜ਼ ਵੀ ਬੁਲੰਦ ਕਰੀਏ ਅਤੇ ਉਸ ਸਾਜ਼ਿਸ਼ ਨੂੰ ਨੰਗਿਆਂ ਵੀ ਕਰੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।